ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਵੱਲੋਂ ਸਵਾਗਤ ਹੈ ਜੀ ਤੁਹਾਡਾ ਮੇਰੇ ਯੂਟਿਊਬ ਚੈਨਲ ਦੇ ਵਿੱਚ। ਅੱਜ ਹੈਗਾ ਜੀ ਦਿਨ ਵੀਰਵਾਰ, ਤਰੀਕ ਹੈਗੀ ਹੈ ਜੀ 1 ਅਗਸਤ, ਪਹਿਲੀ ਤਰੀਕ ਹੈ ਅੱਜ, ਅਗਸਤ ਦਾ ਮਹੀਨਾ ਚੜ੍ਹ ਗਿਆ ਅਤੇ ਰਾਤੀ ਕਾਫੀ ਜ਼ਿਆਦਾ ਮੀਂਹ ਪਿਆ ਇੱਧਰ, ਅਤੇ ਹੁਣ ਮੌਸਮ ਬਹੁਤ ਵਧੀਆ, ਮਤਲਬ ਠੀਕ ਹੈ, ਕੂਲਰ ਦੀ ਹਵਾ ਵਗੈਰਾ ਵਧੀਆ ਲੱਗਦੀ ਪਈ ਆ। ਹੁਣ ਰਾਤੀ ਰੱਜ ਕੇ ਮੀਂਹ ਪਿਆ ਸੀ 2-3 ਘੰਟੇ, ਅਤੇ ਸਵੇਰ ਦਾ ਟਾਈਮ ਸੀਗਾ, ਅਤੇ ਸਵੇਰ ਤੱਕ ਹੀ ਪੂਰਾ ਦਿਨ ਮੌਸਮ ਮਤਲਬ ਵਧੀਆ ਰਿਹਾ ਸੀਗਾ, ਵੀ ਪੱਖੇ ਪੁੱਖਿਆਂ ਦੀ ਹਵਾ ਥੱਲੇ ਵੀ ਆਰਾਮ ਨਾਲ ਬੈਠਿਆ ਜਾ ਰਿਹਾ ਸੀ ਬਿਨਾਂ ਕੂਲਰ ਤੋਂ ਵੀ, ਅਤੇ ਸ਼ਾਮ ਜਿਹੜੇ ਟਾਈਮ ਫਿਰ ਕੂਲਰ ਦੀ ਲੋੜ ਪੈ ਰਹੀ ਸੀ, ਵਧੀਆ ਸੀ, ਮਤਲਬ ਪਸੀਨਾ ਪਸੀਨਾ ਨਹੀਂ ਆ ਰਿਹਾ ਜੀ। ਮੈਂ ਪਿਛਲੇ ਕਾਫੀ ਦਿਨਾਂ ਤੋਂ ਨਾ ਬਹੁਤ ਜ਼ਿਆਦਾ ਗਰਮੀ ਪੈ ਰਹੀ ਸੀਗੀ, ਇੰਨੀ ਬੁਰੀ ਤਰ੍ਹਾਂ ਦੀ ਗਰਮੀ ਪੈ ਰਹੀ ਸੀ ਕਿ ਜਾਨ ਲੈਣੀ ਹੋਈ ਪਈ ਸੀ ਗਰਮੀ ਦੇ ਵਿੱਚ, ਜਿੱਦਾਂ ਜਾਣ ਹੀ ਔਖੀ ਹੋਈ ਪਈ ਸੀਗੀ। ਅਤੇ ਹੁਣ ਤੱਕ ਮੌਸਮ ਵਧੀਆ, ਬੱਦਲ ਬੁੱਦਲ ਜਿਹੀ ਨੇ, ਸਾਰੀ ਦਿਹਾੜੀ ਬੱਦਲ ਹੀ ਰਹੇ ਨੇ, ਠੰਡੀ ਠੰਡੀ ਹਵਾ ਚੱਲਦੀ ਰਹੀ ਹੈ, ਬਹੁਤ ਵਧੀਆ ਰਿਹਾ ਮਤਲਬ ਮੀਂਹ ਤੋਂ ਬਾਅਦ ਮੌਸਮ ਪੂਰਾ ਦਿਨ। ਆਹ ਦੇਖੋ ਜੀ ਹਰੇ ਭਰੇ ਦਰਖਤ, ਅਤੇ ਮੇਰੀ ਵੀ ਜੀ ਤਬੀਅਤ ਠੀਕ ਨਹੀਂ ਸੀ, ਪਤਾ ਨਹੀਂ ਮੇਰੇ ਦੰਦ 'ਤੇ ਨਾ ਮਸੂੜੇ 'ਤੇ ਛਾਲਾ ਜਿਹਾ ਹੋਇਆ ਹੋਇਆ, ਪਤਾ ਨਹੀਂ ਕੀ ਹੋਇਆ, 3-4 ਦਿਨ ਤੋਂ ਦਵਾਈ ਵੀ ਖਾਧੀ ਹੈ, ਜਿੰਨੀ ਦੇਰ ਦਵਾਈ ਦਾ ਅਸਰ ਰਹਿੰਦਾ ਉਨੀ ਦੇਰ ਦਰਦ ਠੀਕ ਰਹਿੰਦੀ ਹੈ, ਕਾਫੀ ਜ਼ਿਆਦਾ ਨਾ ਛਾਲਾ ਜਿਹਾ ਪੈ ਗਿਆ, ਪਤਾ ਨਹੀਂ ਕਿਉਂ ਦਵਾਈ ਦਵੂਈ ਖਾ ਰਹੀ ਹਾਂ, ਸਿਰ ਜਿਹਾ ਘੁੰਮੀ ਜਾ ਰਿਹਾ ਸੀਗਾ। ਅਤੇ ਉੱਧਰ ਜੀ ਮੈਂ ਅੱਜ ਬਣਾਏ ਨੇ ਆਲੂ ਅਤੇ ਪੁਦੀਨੇ ਦੀ ਸਬਜ਼ੀ, ਆਲੂ ਪੁਦੀਨੇ ਦੀ ਸਬਜ਼ੀ ਬਣਾਈ ਹੈ ਅੱਜ ਆਪਾਂ, ਅਤੇ ਲੋ ਜੀ ਸਬਜ਼ੀ ਨੂੰ ਤੜਕਾ ਲਾ ਤਾ ਸੀ, ਇੱਧਰ ਲੂਣ ਕੀਰੇ ਵਿੱਚ ਮਸਾਲੇ ਘੱਟ ਸੀ, ਮੈਂ ਕਿਹਾ ਚਲੋ ਉਹ ਵੀ ਪਾ ਕੇ ਰੱਖ ਦਿੰਦੀ ਹਾਂ, ਹਲਦੀ ਵਗੈਰਾ ਘੱਟ ਸੀਗੀ। ਅਤੇ ਆਹ ਦੇਖੋ ਭਾਂਡੇ ਵਗੈਰਾ ਪਏ ਨੇ ਹਲੇ ਸਾਰੇ ਮਾਂਜਣ ਵਾਲੇ, ਹੁਣ ਮੈਂ ਉਹ ਵੀ ਹੁਣ ਮੈਂ ਪਹਿਲਾਂ ਸਵੇਰੇ ਦਵਾਈ ਖਾਧੀ ਹੈ ਤਾਂ ਕੰਮ ਕਰਨ ਜੋਗੀ ਹੋਈ ਹਾਂ, ਅਤੇ ਸਬਜ਼ੀ ਵਗੈਰਾ ਬਣਾ ਤੀ ਸੀ, ਅਤੇ ਹੁਣ ਇੱਧਰ ਮੈਂ ਲੱਗੀ ਹਾਂ ਸਫਾਈ ਕਰਨ, ਆਲੂ ਪਿਆਜ਼ ਵਾਲੀ ਟੋਕਰੀਆਂ ਦੇ ਵਿੱਚੋਂ ਨਾ ਸਾਰੇ ਆਲੂ ਪਿਆਜ਼ ਕੱਢ ਕੇ ਸਫਾਈ ਕੀਤੀ ਹੈ, ਪਿਆਜ਼ ਜਿਹੜੇ ਛਿਲਕੇ ਛੁਲਕੇ ਜਿਹੇ ਹੁੰਦੇ ਨੇ ਉੱਥੇ ਫਿਰ ਟੋਕਰੀ ਦੇ ਵਿੱਚੋਂ ਸਾਰੇ ਕੱਢ ਲਏ ਨੇ। ਆਹ ਦੇਖੋ ਜੀ ਸੜਕ 'ਤੇ ਪਾਣੀ ਭਰਿਆ ਹੋਇਆ, ਜਿੱਧਰ ਜਿੱਧਰ ਜਾ ਰਿਹਾ ਸੜਕ ਖਰਾਬ ਹੈ ਨਾ, ਉੱਥੇ ਉੱਥੇ ਪਾਣੀ ਭਰ ਗਿਆ, ਜਿੱਧਰ ਤਾਂ ਸੜਕ ਬਣੀ ਹੋਈ ਹੈ ਉੱਥੇ ਤਾਂ ਪਾਣੀ ਹੈ ਨਹੀਂ ਬਿਲਕੁਲ ਵੀ, ਸਾਫ਼ ਹੈ, ਜਿੱਦਾਂ ਟੋਏ ਟੋਏ ਜਿਹੜੇ ਉੱਥੇ ਪਾਣੀ ਕਾਫੀ ਖੜਿਆ ਹੋਇਆ। ਲਓ ਜੀ ਝਾੜੂ ਤਾਂ ਮੈਂ ਲਾ ਤਾ ਸੀਗਾ, ਅਤੇ ਹੁਣ ਮੈਂ ਇੱਥੋਂ ਨਾ ਸਾਰਾ ਧੋ ਕੇ ਸਫਾਈ ਕਰਾਂਗੀ, ਲੋਬੀ ਦੇ ਵਿੱਚੋਂ ਸਾਰਾ ਪੈਪ ਲਾ ਕੇ ਦਾਂਗੀ।
ਅਤੇ ਹੁਣ ਜੀ ਸਾਰੀ ਸਫਾਈ ਸਫੂਈ ਕਰਨ ਤੋਂ ਬਾਅਦ ਨਹਾ ਕੇ ਆਈ ਸੀਗੀ। ਨਹਾਉਣ ਤੋਂ ਬਾਅਦ ਹੁਣ ਮੈਂ ਲੱਗੀ ਹਾਂ ਆਪਣਾ ਨਾਸ਼ਤਾ ਕਰਨ। ਪੌਣੇ 12 ਵੱਜੇ ਹੋਏ ਨੇ। ਮੇਰੇ ਕੋਲ ਨਾ ਛਾਲੇ ਮੂੰਹ 'ਚ ਛਾਲਾ ਪਿਆ ਹੋਇਆ ਤਾਂ ਉਹਦੇ ਕਰਕੇ ਕੁਛ ਜ਼ਿਆਦਾ ਖਾਧਾ ਨਹੀਂ ਆ ਰਿਹਾ। ਬੜੀ ਹੌਲੀ ਹੌਲੀ ਇੱਕ ਫੁਲਕਾ ਖਾਧਾ ਹੁਣ ਮੈਂ।